ਪੰਜਾਬ ਸਰਕਾਰ ਦਾ ਸ਼ਾਮਲਾਟ ਜ਼ਮੀਨਾਂ ਸਨਅਤੀ ਘਰਾਣਿਆਂ ਨੂੰ ਦੇਣ ਦਾ ਫੈਸਲਾ ਹੋ ਸਕਦਾ ਹੈ ਤਬਾਹਕੁਨ। ਪੰਚਾਇਤਾਂ ਦੀ ਆਮਦਨ ਤੇ ਵੱਜੇਗਾ ਡਾਕਾ। ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਸ਼ਾਮਲਾਟ ਜ਼ਮੀਨ ਨੂੰ ਉਦਯੋਗ ਸਥਾਪਤੀ ਲਈ ਸਨਅਤੀ ਘਰਾਣਿਆਂ ਦੇ ਹੱਥਾਂ ਵਿੱਚ ਸੌਂਪਣ ਦਾ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ 2 ਦਸੰਬਰ ਨੂੰ ਹੋਈ ਆਪਣੀ ਮੀਟਿੰਗ ਵਿੱਚ ਪੰਚਾਇਤੀ ਜ਼ਮੀਨਾਂ ਅਤੇ ਉਦਯੋਗ ਸਥਾਪਿਤ ਕਰਨ ਲਈ ਕਾਨੂੰਨ ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਕੇ ਪੰਜਾਬ ਦੇ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਇੱਕ ਨਵੀਂ ਮੁਸ਼ਕਿਲ ਖੜੀ ਕਰ ਦਿੱਤੀ ਹੈ। ਹੁਣ ਸ਼ਾਮਲਾਟ ਜ਼ਮੀਨਾਂ ਨੂੰ ਉਦਯੋਗ ਵਿਭਾਗ ਅਤੇ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਖਰੀਦ ਸਕਦੀ ਹੈ ਅਤੇ ਇਸ ਤਰ੍ਹਾਂ ਨਿੱਜੀ ਸਨਅਤਕਾਰ ਇਹਨਾਂ ਜ਼ਮੀਨਾਂ ਦੇ ਮਾਲਕ ਬਣ ਸਕਦੇ ਨੇ। ਦੇਸ਼ ਵਿੱਚ ਪਹਿਲਾਂ ਹੀ ਕਿਸੇ ਖਾਸ ਪ੍ਰੋਜੈਕਟ ਲਈ ਜ਼ਮੀਨ ਐਕੁਆਇਰ ਕਰਨ ਲਈ ਮੁੜ ਬਸੇਵਾ ਅਤੇ ਪੁਨਰ ਨਿਵਾਸ ਕਾਨੂੰਨ 2013 ਮੌਜੂਦ ਹੈ, ਪਰ ਸੂਬਾਈ ਸਰਕਾਰ ਨੇ ਦਾ ਪੰਜਾਬ ਵਿਲੇਜ ਕਾਮਨ ਲੈਂਡਸ ਰੂਲ 1964 ਵਿੱਚ ਸੋਧ ਕਰਕੇ ਇੱਕ ਹੋਰ ਨਿਯਮ 12B ਨੂੰ ਪ੍ਰਵਾਨਗੀ ਦੇ ਕੇ ਨਵੀਂ ਨੀਤੀ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਉਹ ਨੀਤੀ ਜਿਸ ਤਹਿਤ ਪਹਿਲਾਂ ਸਿਰਫ ਲੀਜ਼ 'ਤੇ ਦਿੱਤੀ ਜਾ ਸਕਣ ਵਾਲੀ ਪੰਚਾਇਤੀ ਜ਼ਮੀਨ ਹੁਣ ਵੇਚੀ ਵੀ ਜਾ ਸਕਦੀ ਹੈ। ਦੱਸ ਦਈਏ ਕਿ 100 ਏਕੜ ਤੋਂ ਵੱਧ ਸ਼ਾਮਲਾਟ ਜ਼ਮੀਨ ਵਾਲੇ ਪਿੰਡਾਂ ਦੀ ਜ਼ਮੀਨ ਇਸ ਸਰਕਾਰੀ ਖਰੀਦ ਦੇ ਦਾਇਰੇ ਵਿੱਚ ਆਵੇਗੀ। ਪਹਿਲਾਂ ਦੇ ਕਾਨੂੰਨ ਮੁਤਾਬਕ ਨਿੱਜੀ ਘਰਾਣੇ ਲਈ ਜ਼ਮੀਨ ਗ੍ਰਹਿਣ ਕਰਨ ਵਾਸਤੇ ਗ੍ਰਾਮ ਸਭਾ ਦੇ 80% ਮੈਂਬਰਾਂ ਦੀ ਸਹਿਮਤੀ ਜ਼ਰੂਰੀ ਸੀ, ਪਰ ਹੁਣ ਸਿਰਫ ਪੰਚਾਇਤ ਦਾ ਮਤਾ ਹੀ ਕਾਫੀ ਹੋਵੇਗਾ। ਜ਼ਮੀਨ ਦਾ ਰੇਟ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਕਮੇਟੀ ਤੈਅ ਕਰੇਗੀ ਅਤੇ PSIEC 25% ਅਦਾਇਗੀ ਕਰਕੇ ਬਾਕੀ ਦਾ ਪੈਸਾ ਅਜੇ ਬਣਨ ਵਾਲੇ ਨੇਮ ਸ਼ਰਤਾਂ ਮੁਤਾਬਕ ਅਦਾ ਕਰੇਗੀ। ਸਿਰਫ 25% ਰਕਮ ਦਾ ਭੁਗਤਾਨ ਕਰਕੇ ਕਾਰਪੋਰੇਸ਼ਨ ਜ਼ਮੀਨ ਦਾ ਹੱਕ ਕਿਸ ਤਰ੍ਹਾਂ ਪ੍ਰਾਪਤ ਕਰੇਗੀ, ਇਹ ਵੀ ਅਜੇ ਸਵਾਲ ਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਨਵੇਂ ਨਿਯਮਾਂ ਨਾਲ ਪੇਂਡੂ ਖੇਤਰ ਵਿੱਚ ਉਦਯੋਗਿਕ ਵਿਕਾਸ ਵਧੇਗਾ ਅਤੇ ਗ੍ਰਾਮ ਪੰਚਾਇਤਾਂ ਸ਼ਾਮਲਾਟ ਜ਼ਮੀਨਾਂ ਦੀ ਵਧਾਈ ਜਾਣ ਵਾਲੀ ਕੀਮਤ ਪ੍ਰਾਪਤ ਕਰਕੇ ਪੇਂਡੂ ਵਿਕਾਸ ਵਿੱਚ ਵਧੀਆ ਕਾਰਜ ਕਰ ਪਾਵੇਗੀ। ਪਰ ਉੱਥੇ ਸਿੱਕੇ ਦਾ ਦੂਸਰਾ ਅਤੇ ਇੱਕ ਮਜ਼ਬੂਤ ਪੱਖ ਇਹ ਹੈ ਕਿ ਪਿੰਡਾਂ ਦੇ ਛੋਟੇ ਕਿਸਾਨਾਂ, ਮਜ਼ਦੂਰਾਂ ਅਤੇ ਪੰਚਾਇਤੀ ਜ਼ਮੀਨਾਂ ਨੂੰ ਠੇਕੇ 'ਤੇ ਲੈਣ ਵਾਲੇ ਜ਼ਿਮੀਦਾਰਾਂ ਲਈ ਉਦਯੋਗਿਕ ਵਿਕਾਸ ਦਾ ਇਹ ਨਵਾਂ ਤਰੀਕਾ ਉਜਾੜਾ ਬਣ ਕੇ ਪੇਸ਼ ਹੋ ਰਿਹਾ ਹੈ, ਕਿਉਂਕਿ ਹੁਣ ਤੱਕ ਪਿੰਡਾਂ ਦੀਆਂ ਇਹਨਾਂ ਸਾਂਝੀਆਂ ਜ਼ਮੀਨਾਂ ਦੇ ਰਾਹੀਂ ਕਮਾਈ ਕਰਕੇ ਆਪਣੀ ਰੋਜ਼ੀ ਰੋਟੀ ਚਲਾਉਣ ਵਾਲੇ ਕਿਸਾਨ ਅੱਗੇ ਕੀ ਕਰਨਗੇ, ਇਸ ਦਾ ਸਰਕਾਰ ਨੇ ਕੋਈ ਸੰਤੁਸ਼ਟੀਜਨਕ ਹੱਲ ਪ੍ਰਦਾਨ ਨਹੀਂ ਕੀਤਾ ਹੈ। ਇੱਥੇ ਸਰਕਾਰ ਦਾ ਦਿਲਚਸਪ ਬਿਆਨ ਇਹ ਹੈ ਕਿ ਪੰਚਾਇਤੀ ਜ਼ਮੀਨਾਂ ਦੀ ਸਾਲਾਨਾ ਬੋਲੀ ਉੱਤੇ ਗੁਜ਼ਾਰਾ ਕਰਨ ਵਾਲੇ ਇਹਨਾਂ ਕਿਸਾਨਾਂ ਦੀ ਲੋੜ ਪੰਚਾਇਤਾਂ ਹੋਰ ਕਿਤੇ ਜ਼ਮੀਨ ਦਾ ਪ੍ਰਬੰਧ ਕਰਕੇ ਪੂਰਾ ਕਰ ਦੇਣ, ਜਦੋਂ ਕਿ ਸਰਕਾਰ ਖੁਦ ਵੀ ਮੌਜੂਦਾ ਕਾਨੂੰਨ ਮੁਤਾਬਕ ਉਦਯੋਗਿਕ ਸਥਾਪਤੀ ਲਈ ਹੋਰ ਕਿਸੇ ਢੰਗ ਨਾਲ ਜ਼ਮੀਨ ਪ੍ਰਾਪਤ ਕਰ ਸਕਦੀ ਹੈ। ਇੱਥੇ ਸਵਾਲ ਇਹ ਵੀ ਹੈ ਕਿ ਪੰਜਾਬ ਵਿੱਚ ਪਹਿਲਾਂ ਤੋਂ ਲੱਗੇ ਹੋਏ ਉਦਯੋਗਾਂ ਦੇ ਚੱਲ ਰਹੇ ਮੰਦੇ ਦੌਰ ਵਿੱਚ ਇਹ ਨਵੇਂ ਉਦਯੋਗ ਕਿਸ ਤਰ੍ਹਾਂ ਵਿਕਾਸ ਕਰਨਗੇ। ਪੰਜਾਬ ਦੀ ਕੁੱਲ ਘਰੇਲੂ ਆਮਦਨ ਵਿੱਚ ਖੇਤੀ ਖੇਤਰ ਦਾ 1/3 ਹਿੱਸਾ ਡੇਅਰੀ ਫਾਰਮਾਂ ਤੋਂ ਆਉਂਦਾ ਹੈ। ਸੂਬੇ ਦੇ 85 ਤੋਂ 90% ਡੇਅਰੀ ਫਾਰਮਾਂ ਵਿੱਚ ਕੰਮ ਕਰ ਰਹੇ ਕਿਸਾਨ 2 ਜਾਂ 3 ਪਸ਼ੂਆਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ। ਹੁਣ ਉਹਨਾਂ ਦੀਆਂ ਜ਼ਮੀਨਾਂ ਦਾ ਉਹਨਾਂ ਦੇ ਹੱਥੋਂ ਖੁੱਸ ਜਾਣਾ ਸਿੱਧੇ ਤੌਰ 'ਤੇ ਉਹਨਾਂ ਲੋਕਾਂ ਲਈ ਇੱਕ ਵੱਡੀ ਪਰੇਸ਼ਾਨੀ ਦਾ ਕਾਰਨ ਬਣੇਗਾ। ਇਸ ਤੋਂ ਇਲਾਵਾ ਪਿੰਡਾਂ ਦੀਆਂ ਇਹ ਸਾਂਝੀਆਂ ਜ਼ਮੀਨਾਂ ਪੰਚਾਇਤ ਦੀ ਸਾਲਾਨਾ ਆਮਦਨ ਦਾ ਵੀ ਸਾਧਨ ਬਣਦੀਆਂ ਨੇ, ਜਿਨ੍ਹਾਂ ਵਿੱਚੋਂ 20% ਹਿੱਸਾ ਪੰਚਾਇਤ ਵਿਭਾਗ ਦੇ ਹੇਠਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਲਈ ਵਰਤਿਆ ਜਾਂਦਾ ਹੈ। ਔਸਤਨ 26,000 ਪ੍ਰਤੀ ਏਕੜ ਨਾਲ ਠੇਕੇ 'ਤੇ ਦਿੱਤੀ ਜਾਂਦੀ ਪੰਜਾਬ ਦੀ ਸ਼ਾਮਲਾਟ ਜ਼ਮੀਨ ਨਾਲ ਪਿਛਲੇ ਸਾਲ ਪਿੰਡਾਂ ਨੂੰ ਕਰੀਬ 340 ਕਰੋੜ ਦੀ ਆਮਦਨ ਪ੍ਰਾਪਤ ਹੋਈ ਸੀ, ਜਿਸ ਵਿੱਚੋਂ 60 ਕਰੋੜ ਤੋਂ ਜ਼ਿਆਦਾ ਰਕਮ ਅਧਿਕਾਰੀਆਂ ਦੀਆਂ ਤਨਖਾਹਾਂ ਵਜੋਂ ਦਿੱਤੀ ਗਈ ਸੀ। ਪੰਜਾਬ ਵਿੱਚ ਇਸ ਵੇਲੇ ਲਗਭਗ 1.37 ਲੱਖ ਏਕੜ ਸ਼ਾਮਲਾਟ ਜ਼ਮੀਨ ਠੇਕੇ ਉੱਤੇ ਚੜ੍ਹਦੀ ਹੈ। ਪੰਜਾਬ ਦੇ ਪੇਂਡੂ ਖੇਤਰ ਲਈ ਖਤਰਾ ਬਣ ਕੇ ਆਏ ਇਸ ਕਾਨੂੰਨ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਪੇਂਡੂ ਗਰੀਬ ਲੋਕਾਂ ਅਤੇ ਵਿਸ਼ੇਸ਼ ਕਰਕੇ ਖੇਤ ਮਜ਼ਦੂਰਾਂ ਨਾਲ ਧੱਕੇਸ਼ਾਹੀ ਕਰਾਰ ਦਿੱਤਾ ਹੈ। ਦੱਸ ਦਈਏ ਕਿ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਪੰਜਾਬ ਵਿਲੇਜ ਕਾਮਨ ਲੈਂਡਸ ਕਾਨੂੰਨ ਤਹਿਤ ਦਲਿਤ ਪਰਿਵਾਰਾਂ ਲਈ ਰਾਖਵੇਂ ਰੱਖੇ ਗਏ 1/3 ਹਿੱਸੇ, 10-10 ਮਰਲੇ ਦੇ ਪਲਾਂਟ ਲੈਣ ਸਮੇਤ ਆਪਣੇ ਹੋਰ ਹੱਕਾਂ ਲਈ ਲੰਬੇ ਅਰਸੇ ਤੋਂ ਸੰਘਰਸ਼ ਚੱਲ ਰਹੇ ਨੇ। ਇਹਨਾਂ ਸੰਘਰਸ਼ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਦੀ ਜ਼ਿੰਦਗੀ 'ਤੇ ਮਾਰੂ ਅਸਰ ਪੈਣਗੇ। ਉਹਨਾਂ ਅਨੁਸਾਰ ਸਰਕਾਰ ਦੁਆਰਾ ਉਹਨਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਇਹ ਨੀਤੀ ਇੱਕ ਸਾਜ਼ਿਸ਼ ਵਜੋਂ ਲਿਆਂਦੀ ਗਈ ਹੈ। ਰਾਜਦੀਪ ਕੌਰ, ਪੰਜਾਬ ਨਿਊਜ਼ ਐਕਸਪ੍ਰੈਸ ਟੀਵੀ, ਚੰਡੀਗੜ੍ਹ।